ਅਸਲਾਮੁਆਲੇਕਮ ਵੀਰ ਕਿੱਲ ਚੱਲੇ ਠੀਕ ਠਾਕ ਹੋ ਤਾਂ ਬਸ ਠੀਕ ਹੈ ਮੈਂ ਵੀ ਕਿਰਨ ਦਾ ਤੁਹਾਂ ਵੀ ਠੀਕ ਠਾਕ ਹੋਇਆ ਅੱਜ ਦਾ ਵਿਲਾਗ ਵਗੈਰਾ ਤਾਂ ਕੈਨਸਲ ਹੋ ਰਿਹਾ ਨੇ ਬੇ ਅੱਜ ਦੀ ਬਸ ਛੋਟੀ ਜੀ ਵੀਡੀਓ ਹੈ ਦੋਸਤੋ ਬਸ ਰੀਸ ਕਿ ਰਿਕਵੈਸਟ ਕਰੇ ਸਮਝੋ ਘਰ ਦੇ ਵਿੱਚ ਪਰੇਸ਼ਾਨੀ ਥੀਵੇ ਕੋਈ ਮੁਸ਼ਕਿਲ ਹੋਵੇ ਜਾਂ ਕੋਈ ਉੱਚ ਜੀ ਦਾ ਅਲਾ ਹੈ ਨੇ ਠੀਕ ਹੈ ਤਾਂ ਸਭ ਤੋਂ ਪਹਿਲੇ ਮੈਂ ਇੱਕ ਰਿਕਵੈਸਟ ਕਰਾਂ ਜੋ ਬਰਦਾਸ਼ਤ ਕਰਿਓ ਬਰਦਾਸ਼ਤ ਕਰਿਓ ਸਬਰ ਕਰਿਓ ਸਬਰ ਦਾ ਫਲ ਮਿੱਠਾ ਹੁੰਦਾ ਹੈ ਠੀਕ ਹੈ ਅੱਜ ਇੱਕ ਯੂਟਿਊਬਰ ਅਰਜ ਮੈਵਿਸ਼ ਦੇ ਰਾ ਗਾਜ਼ੀ ਖਾਨ ਦੀ ਸਾਈਡ ਤੇ ਫਾਜ਼ਲਪੁਰ ਵਾਲੀ ਸਾਈਡ ਤੇ ਅਰਜ ਮੈਵਿਸ਼ ਦੀ ਬੇਟੀ ਉਸਕਾਨ ਜ਼ਹਰਾ ਨੇ ਗੰਦਮ ਵਾਲੀ ਗੋਲੀਆਂ ਖਾ ਲਈਆਂ ਤੇ ਉਹਨੇ ਦੀ ਵੀ ਡੈਥ ਥੀ ਕਿ 2 ਹਫ਼ਤੇ ਤਕਰੀਬਨ ਪਹਿਲੇ ਉਹਨਾਂ ਦਾ ਇੱਕ ਮੰਗੇਤਰ ਹੈ ਜਿਹਨੇ ਦੇ ਵਿੱਚ ਮੰਗਣੀ ਟੁੱਟੀ ਉਹ ਮੰਗ ਤਕਰੀਬਨ ਮੰਗਣੀ ਟੁੱਟਣ ਦੇ ਗਮ ਦੇ ਵਿੱਚ ਉਹਨਾਂ ਦਾ ਮੰਗੇਤਰ ਪਹਿਲੇ ਜਿਹੜਾ ਯੂਨਸ ਗੁਰਜਾਨੀ ਉਹ ਵੀ ਜ਼ਹਿਰ ਖਾ ਕੇ ਦੀ ਜ਼ਹਿਰ ਦੇ ਵਿੱਚ ਉਹਨਾਂ ਦੀ ਵੀ ਡੈਥ ਥੀ ਉਹਨੇ ਤੋਂ ਬਾਅਦ 2 ਹਫ਼ਤੇ ਗੁਜ਼ਰਦੇ ਬਣ ਤਕਰੀਬਨ 2 ਹਫਤੇ ਬਾਅਦ ਉਹਨਾਂ ਦੀ ਜੋ ਮੰਗੇਤਾ ਰਹੀ ਅਰਜ ਮੈਵਸ ਦੀ ਬੇਟੀ ਮਸਕਾਨ ਜ਼ਹਰਾ ਉਹਨੇ ਵੀ ਗੋਲੀ ਖਾ ਗੀ ਹੈ ਗੰਦੋਬਾਲੀ ਇਹਨੇ ਦੀ ਵੀ ਡੈਥ ਹੋ ਗਈ ਹੈ ਇਹ ਗਮ ਦੇ ਵਿੱਚ ਗਮ ਐਸ ਦੱਸ ਅਸਾਂ ਸ਼ਰੀਕ ਹੈ ਬਰਾਬਰ ਦੇ ਯੂਟਿਊਬਰ ਦੇ ਠੀਕ ਹੈ ਤੇ ਮੈਂ ਹੀ وجہ ਤੋਂ ਤੁਹਾਨੂੰ ਭਰਾਵੇਂ ਕੋ ਕਿਹਾ ਸਾਹ ਦੋਸਤ ਜਿੰਨਾ ਵੀ ਯੂਟਿਊਬਰ ਹਨ ਯਾ ਮੇਰੀ ਵੀਡੀਓ ਜਿੰਨੇ ਵੀ ਈਵਰ ਦੇਦੇ ਹੋ ਠੀਕ ਹੈ ਉਹਨਾਂ ਗਰੀਕਵੈਸਟ ਕਰੇ ਜੋ ਘਰ ਇਹਨਾਂ ਜੋ ਵੀ ਪਰੇਸ਼ਾਨੀ ਥੀ ਗਮ ਥੀ ਠੀਕ ਹੈ ਕੋਈ ਵੀ ਗਾਲ ਘਰ ਆ ਗਿੰਦਨ ਜਾਂ ਕੋਈ ਦੋਸਤ ਆ ਗਿੰਦਨ ਜਾਂ ਕੋਈ ਇਲਾਕੇ ਦਾ ਬੰਦਾ ਆ ਗਿੰਦੇ ਯੂਟਿਊਬਰ ਦੇ ਵਿੱਚ ਗਾਲੇ ਥੇ ਵਦੇ ਵੜੇ ਥੇ ਵੀਡੀਓ ਬਣਾਉਣ ਦੇ ਵਿੱਚ ਕੋਈ ਵੀ ਅਲਫਾਜ਼ ਆਵੇ ਸਭ ਤੋਂ ਪਹਿਲੇ ਮੈਂ ਇੱਕ ਹੀ ਰਿਕਵੈਸਟ ਕਰੇ ਸੰਜੋ ਸਬਰ ਕਰੇ ਜੋ ਠੀਕ ਹੈ ਕਹੀਂ ਕੋਈ ਵੀ ਇਸ਼ੂ ਨਾ ਕਰੇ ਜੋ ਕਿ ਇਲਾਕੇ ਦੇ ਤਾਂ ਕਿ ਤੁਹਾਡੀ ਡੈਥ ਵੀ ਨਾ ਹੋ ਥੀਏ ਖੁਦਕੁਸ਼ੀ ਨਾ ਥੀਏ ਖੁਦਕੁਸ਼ੀ ਬਿਲਕੁਲ ਹਰਾਮ ਹੈ ਠੀਕ ਹੈ ਖੁਦਕੁਸ਼ੀ ਹਰਾਮ ਹੈ ਖੁਦਕੁਸ਼ੀ ਹਰਾਮ ਹੈ ਮੈਂ ਤਰਾਹ ਦਫਾ ਆਖਿਆ ਹੈ ਹਰਾਮ ਹੈ खुदकुशी हराम है ठीक है मैं ये गाल तो वाल भी रिक्वेस्ट भी परेशानी वे, कोई भी वे, ताकि तुवा कराची चले वनो अगर तु तो पंजाब के रहा है ठीक है कोई वे शहर चले वो हफ्ता दो हफ्ते या कहीं दोस्त को चले वजो ठीक है सबर कारीगिर सबर का फल मिठा ठीक बाद वे बहासेना पे चार गाली थी जन ਉਹ ਤੋਂ ਬेटर ਸਬਰਤੀ ਆਵੇ ਸੇ ਸਬਰ ਤੇ ਵੇਸੀ ਗਾਲੀ ਖੋਲਾ ਸਨ ਕਹਿੰਦੀ ਗਲਤੀ ਹੈ ਕੀ ਆ ਤੇ ਕੀ ਵਜ੍ਹਾ ਬੜੀ ਹੈ ਜੋ ਇਹ ਬੰਦਾ ਇਹ ਮੇਂ ਗੱਲ ਕਰ ਗਿਆ ਛੋੜ ਗਿਆ ਇਲਾਕਾ ਕਿ ਹੋਈ ਹੋ ਜਦੀ ਹੈ ਹੁਣ ਖੁਦਕੁਸ਼ੀ ਕਰ ਹੋਣਾ ਇਹ ਚੰਗੀ ਗਾਲ ਹੈ ਯਾਰ ਇਹ ਗੱਲ ਦਾ ਮੈਂ ਤੂੰ ਹਾਂ ਜਵਾਬ ਦੇ ਖੁਦਕੁਸ਼ੀ ਕਰਨ ਨਾ ਚੰਗੀ ਗਾਲ ਹੈ ਠੀਕ ਹੈ ਘਰ ਦੇ ਵਿੱਚ ਯੂਨੈਸ ਗੁਰਚਾਨੀ ਦੇ ਘਰ ਆ ਲਏ ਠੀਕ ਹੈ ਉਹ ਕਿਤਨਾ ਪਰੇਸ਼ਾਨ ਨਵਾਲਦ ਉਹਦੀ والدہ ਰੋ ਰੋ ਤੇ ਬੁਰਾ ਹਾਲਾ ਹੁਣ ਅਰ ਜਮੇਵਿਸ਼ ਸਾਹਿਬਾ ਠੀਕ ਹੈ ਮੁਸਕਾਨ ਜ਼ਹਰਾ ਦੀ والدہ ਸਾਹਿਬਾ ਉਹਨਾਂ ਦਾ ਕੀ ਹਾਲ ਸੀ ਉਹਨਾਂ ਦੀ ਜ਼ਿੰਦਗੀ ਕਿਵੇਂ guzri ਸੀ ਉਹਨਾਂ ਦੀ ਇੱਕ ਅਗਰ ਛੋਟੀ ਵੀ ਸਿਸਟਰ ਵੀ ਹੈ ਮੁਸਕਾਨ ਜ਼ਹਰਾ ਤੇ ਅੱਛਾ ਉਹਨਾਂ ਦੇ ਤਰੇ ਭਾਈ ਵੀ ਹਨ ਉਹਨਾਂ ਦੀ ਜ਼ਿੰਦਗੀ ਵਿੱਚ ਕੀ guzri ਸੀ ਕੀ ਗੱਲਾਂ تھیں ਲੋਕ ਤਾਂ ਨੇ ਮਰੇ ਸੇ ਇਹਨਾਂ ਗੱਲਾਂ ਨੂੰ ਲੋਕ ਵੀ ਕਹਿੰਦੇ ਸਮਝਦੇ ਡਿਜੇ ਤੇ ਬਾਕਰ ਅਸਾਕ ਨੂੰ ਬਹੁਤ ਹੀ ਦਿਲ ਅਫਸੋਸ ਤੇ ਕਿ ਮੁਸਕਾਨ ਜ਼ਹਰਾ ਦਾ ਮਾਇ ਕੋ ਇਹਨਾਂ ਗੱਲਾਂ ਦੇ ਵਿੱਚ ਜੋ ਇਜਾਜ਼ਤ ਅੱਲਾਹ ਆਫੀਨ